Religion Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਿਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪਹਿਲਾ। ਐਸੋ ਦਾਸ ਮਿਲੈ ਸੁਖ ਹੋਈ, ਦੁੱਖ ਵਿਸਰੈ ਪਾਵੈ ਸੱਚ ਸੋਈ। ਉਸ ਪਰਮਾਤਮਾ ਦਾ ਦਾਸ ਜਾਣੀ ਕਿ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਉਹਦੇ ਦੁੱਖ ਵਿਸਰ ਜਾਂਦੇ ਹਨ ਅਤੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਦਰਸ਼ਨ ਦੇਖ ਭਈ ਮਤ ਪੂਰੀ, 68 ਮਜਨ ਚਰਨ ਧੂਰੀ ਰਹਾਓ। ਅਜਿਹੇ ਗੁਰੂ ਦੇ ਦਰਸ਼ਨ ਕਰਕੇ ਮਨੁੱਖ ਦੀ ਮਤ ਸੰਪੂਰਨ ਹੋ ਜਾਂਦੀ ਹੈ। ਹਰ ਮਨੁੱਖ ਦੀ ਸੋਝੀ ਦੇ ਵਿੱਚ ਕੋਈ ਨਾ ਕੋਈ ਖਾਮੀਆਂ ਜਾਂ ਕਮੀਆਂ ਜ਼ਰੂਰ ਹੁੰਦੀਆਂ ਨੇ ਅਤੇ ਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਦਰਸ਼ਨ ਕਰਕੇ, ਗੁਰੂ ਦੇ ਲੜ ਲੱਗ ਕੇ ਉਹਨਾਂ ਕਮੀਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਸਾਡੀ ਮਤ ਨੂੰ ਸੰਪੂਰਨ ਕੀਤਾ ਜਾ ਸਕਦਾ ਹੈ। ਗੁਰੂ ਦੇ ਚਰਨਾਂ ਦੀ ਧੂੜ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ। ਨੇਤਰ ਸੰਤੋਖੇ ਏਕ ਲਿਵ ਤਾਰਾ, ਜਿਹਵਾ ਸੁੱਚੀ ਹਰ ਰਸ ਸਾਰਾ। ਜਿਹੜਾ ਮਨੁੱਖ ਗੁਰੂ ਦੇ ਲੜ ਲੱਗਦਾ ਹੈ ਉਹਦੇ ਨੇਤਰ, ਉਹਦੀਆਂ ਅੱਖਾਂ ਪਰਾਇਆ ਰੂਪ ਤੱਕਣ ਵੱਲੋਂ ਰੱਜ ਜਾਂਦੀਆਂ ਹਨ, ਤ੍ਰਿਪਤ ਹੋ ਜਾਂਦੀਆਂ ਹਨ। ਉਹਦੇ ਕੋਲ ਜੋ ਹੈ ਉਹਦੇ ਵਿੱਚ ਉਹ ਖੁਸ਼ ਰਹਿਣ ਲੱਗਦਾ ਹੈ, ਜੋ ਦੂਜਿਆਂ ਕੋਲ ਹੈ ਉਹਨੂੰ ਵੇਖ ਕੇ ਲਲਚਾਉਂਦਾ ਨਹੀਂ ਅਤੇ ਅਜਿਹਾ ਕਰਕੇ ਉਹਦੀ ਲਿਵ ਉਸ ਇੱਕ ਪਰਮਾਤਮਾ ਦੇ ਵਿੱਚ ਲੱਗ ਜਾਂਦੀ ਹੈ। ਉਸ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਉਹਦੀ ਜੀਭ ਵੀ ਪਵਿੱਤਰ ਹੋ ਜਾਂਦੀ ਹੈ, ਸੁੱਚੀ ਹੋ ਜਾਂਦੀ ਹੈ। ਜਿਹਵਾ ਸੁੱਚੀ ਹਰ ਰਸ ਸਾਰਾ। ਸੱਚ ਕਰਨੀ ਅਵ ਅੰਤਰ ਸੇਵਾ, ਮਨ ਤ੍ਰਿਪਤਾਸਿਆ ਅਲਖ ਅਭੇਵਾ। ਅਵ ਅੰਤਰ ਤੋਂ ਭਾਵ ਹਿਰਦੇ ਦੇ ਅੰਦਰ, ਅਜਿਹੇ ਮਨੁੱਖ ਦੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੀ ਸੇਵਾ ਨਿੱਤ ਦੀ ਕਰਨੀ ਬਣ ਜਾਂਦੀ ਹੈ, ਉਹਦੇ ਨਿੱਤ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ, ਜਿਸ ਪ੍ਰਕਾਰ ਕਿ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਵੀ ਅਸੀਂ ਇਸ ਨੂੰ ਬਿਆਨ ਕੀਤਾ ਸੀ। ਮਨ ਤ੍ਰਿਪਤਾਸਿਆ ਅਲਖ ਅਭੇਵਾ। ਉਸ ਅਲਖ ਅਭੇਵ ਪਰਮਾਤਮਾ ਦਾ ਸਿਮਰਨ ਕਰਕੇ ਉਸ ਮਨੁੱਖ ਦਾ ਮਨ ਤ੍ਰਿਪਤਾਸ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਜਹ ਜਹ ਦੇਖੋ ਤਹ ਤਹ ਸੱਚਾ। ਉਹ ਜਿੱਧਰ ਜਿੱਧਰ ਵੀ ਵੇਖਦਾ ਹੈ ਉਹਨੂੰ ਉੱਧਰ ਉੱਧਰ ਹੀ ਉਹ ਸੱਚਾ ਪਰਮਾਤਮਾ ਨਜ਼ਰ ਆਉਂਦਾ ਹੈ। ਉਹ ਪਰਮਾਤਮਾ ਨੂੰ ਕਿਸੇ ਖਾਸ ਦਿਸ਼ਾ ਜਾਂ ਖਾਸ ਥਾਂ 'ਤੇ ਸੀਮਤ ਕਰਨੋਂ ਹਟ ਜਾਂਦਾ ਹੈ। ਬਿਨ ਬੂਝੇ ਝਗਰਤ ਜਗ ਕਾਚਾ। ਜਿਹੜੇ ਮਨੁੱਖ, ਜਿਹੜਾ ਜਗ, ਅਣਜਾਣ ਸੰਸਾਰ ਗੁਰੂ ਦੇ ਲੜ ਨਹੀਂ ਲੱਗਿਆ ਹੋਇਆ, ਗੁਰੂ ਦੇ ਲੜ ਲੱਗ ਕੇ ਜਿਹਨੇ ਇਸ ਗੱਲ ਨੂੰ ਨਹੀਂ ਬੁੱਝਿਆ ਕਿ ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੀ ਹੈ, ਉਹ ਪਰਮਾਤਮਾ ਹਰ ਥਾਂ ਮੌਜੂਦ ਹੈ, ਉਹ ਝਗੜਦਾ ਰਹਿੰਦਾ ਹੈ, ਇੱਕ ਦੂਜੇ ਨਾਲ ਖਹਿੰਦਾ ਰਹਿੰਦਾ ਹੈ, ਮੇਰ ਤੇਰ ਕਰਦਾ ਰਹਿੰਦਾ ਹੈ। ਬਿਨ ਬੂਝੇ ਝਗਰਤ ਜਗ ਕਾਚਾ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਵਿਰਲਾ ਪੂਜੈ ਕੋਈ। ਜਿਸ ਮਨੁੱਖ ਨੂੰ ਗੁਰੂ ਸਮਝਾਉਂਦਾ ਹੈ ਉਸੇ ਨੂੰ ਹੀ ਸੋਝੀ ਹੁੰਦੀ ਹੈ, ਉਸ ਪਰਮਾਤਮਾ ਦੀ ਖੇਡ ਦੀ ਸਮਝ ਪੈਂਦੀ ਹੈ। ਪਰ ਗੁਰੂ ਜੀ ਕਹਿੰਦੇ ਕੋਈ ਵਿਰਲਾ ਗੁਰਮੁਖ ਹੀ ਇਸ ਗੱਲ ਨੂੰ ਬੁੱਝਦਾ ਹੈ। ਕਰ ਕਿਰਪਾ ਰੱਖੋ ਰਖਵਾਲੇ। ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ ਕਿ ਹੇ ਰਖਵਾਲੇ ਪਰਮਾਤਮਾ, ਰੱਖਿਆ ਕਰਨ ਦੇ ਸਮਰੱਥ ਪਰਮਾਤਮਾ, ਸਾਡੇ 'ਤੇ ਵੀ ਕਿਰਪਾ ਕਰ ਅਤੇ ਕਿਰਪਾ ਕਰਕੇ ਸਾਨੂੰ ਵਿਕਾਰਾਂ ਵੱਲੋਂ ਰੱਖ ਲੈ, ਬਚਾ ਲੈ। ਬਿਨ ਬੂਝੇ ਪਸ਼ੂ ਭਏ ਬੇਤਾਲੇ। ਤੇਰੀ ਅਸਲੀਅਤ ਨੂੰ ਬੁੱਝੇ ਬਿਨਾਂ ਜੋ ਮਨੁੱਖ ਹਨ ਪਸ਼ੂਆਂ ਵਰਗੇ ਹੋ ਗਏ ਨੇ ਅਤੇ ਬੇਤਾਲ ਹੋਏ ਘੁੰਮਦੇ ਨੇ, ਭੂਤਨੇ ਹੋਏ ਘੁੰਮਦੇ ਨੇ। ਬੇਤਾਲ ਤੋਂ ਭਾਵ ਕਿ ਉਹਨਾਂ ਦੀ ਜੋ ਤਾਲ ਹੈ ਉਹ ਜ਼ਿੰਦਗੀ ਦੇ ਅਸਲੀ ਮਨੋਰਥ ਨਾਲੋਂ ਟੁੱਟ ਕੇ ਮਾਇਆ ਵੱਲ ਲੱਗੀ ਹੋਈ ਹੈ, ਇਸ ਲਈ ਉਹ ਬੇਤਾਲੇ ਹਨ। ਗੁਰ ਕਹਿਆ ਅਵਰ ਨਹੀਂ ਦੂਜਾ। ਗੁਰੂ ਆਖਦਾ ਹੈ ਕਿ ਉਸ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ, ਉਹਦੇ ਬਰਾਬਰ ਦੀ ਦੂਜੀ ਕੋਈ ਹਸਤੀ ਨਹੀਂ। ਕਿਸ ਕਉ ਦੇਖ ਕਰੋ ਅਨਪੂਜ।
ਪੂਜਾ। ਇਸ ਲਈ ਗੁਰੂ ਜੀ ਕਹਿੰਦੇ ਕਿ ਮੈਂ ਕਿਹਨੂੰ ਵੇਖ ਕੇ ਕਿਹਦੀ ਪੂਜਾ ਕਰਾਂ ਅਤੇ ਕਿਉਂ ਕਰਾਂ ਜਦੋਂ ਉਸ ਪਰਮਾਤਮਾ ਦੇ ਬਰਾਬਰ ਦੀ ਕੋਈ ਹਸਤੀ ਹੈ ਹੀ ਨਹੀਂ। ਭਾਵ ਕਿ ਉਹ ਪਰਮਾਤਮਾ ਇੱਕ ਹੈ, ਸਭ ਤੋਂ ਸ੍ਰੇਸ਼ਟ ਹੈ। ਪੂਜਾ ਕਰਨੀ ਹੈ ਤਾਂ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ, ਉਹਦੇ ਬਰਾਬਰ ਦੀ ਕੋਈ ਹਸਤੀ ਹੈ ਨਹੀਂ। ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ, ਮਨੁੱਖਾਂ ਨੂੰ ਸੰਤ ਬਣਾਉਣ ਦੇ ਲਈ, ਸੰਤ ਹੇਤ ਭਾਵ ਸੰਤ ਬਣਾਉਣ ਦੇ ਲਈ, ਤ੍ਰਿਭਵਨ ਧਾਰੇ ਭਾਵ ਕਿ ਇਹ ਜੋ ਸ੍ਰਿਸ਼ਟੀ ਹੈ ਇਹ ਰਚੀ, ਮਨੁੱਖਾਂ ਨੂੰ ਸੰਤ ਬਣਾਉਣ ਦੇ ਲਈ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ। ਆਤਮ ਚੀਨਾ ਸੋ ਤੱਤ ਵਿਚਾਰੇ, ਜਿਸ ਮਨੁੱਖ ਨੇ ਗੁਰੂ ਦੇ ਲੜ ਲੱਗ ਕੇ ਆਪਣੇ ਆਪ ਨੂੰ ਸਮਝ ਲਿਆ, ਉਹ ਪਰਮਾਤਮਾ ਦੀ ਇਸ ਅਸਲੀਅਤ ਨੂੰ ਵੀ ਸਮਝ ਜਾਂਦਾ ਹੈ। ਸੱਚ ਹਿਰਦੈ ਸੱਚ ਪ੍ਰੇਮ ਨਿਵਾਸ, ਜਦੋਂ ਤੁਸੀਂ ਇਸ ਗੱਲ ਨੂੰ ਮੰਨ ਲੈਂਦੇ ਹੋ ਕਿ ਉਹ ਸੱਚਾ ਪਰਮਾਤਮਾ ਤੁਹਾਡੇ ਹਿਰਦੇ ਦੇ ਵਿੱਚ ਵੱਸਦਾ ਹੈ, ਤਾਂ ਤੁਹਾਡਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਵੀ ਬਣ ਜਾਂਦਾ ਹੈ, ਉਹਦੇ ਪ੍ਰਤੀ ਪ੍ਰੇਮ ਵੀ ਤੁਹਾਡੇ ਹਿਰਦੇ ਦੇ ਵਿੱਚ ਨਿਵਾਸ ਕਰ ਜਾਂਦਾ ਹੈ। ਪ੍ਰਣਵਤ ਨਾਨਕ ਹਮ ਤਾਕੇ ਦਾਸ, ਪ੍ਰਣਵਤ ਤੋਂ ਭਾਵ ਬੇਨਤੀ ਕਰਨਾ, ਕਿ ਨਾਨਕ ਬੇਨਤੀ ਕਰਦਾ ਹੈ ਕਿ ਮੈਂ ਵੀ ਉਸ ਪਰਮਾਤਮਾ ਦਾ ਦਾਸ। ਗੌੜੀ ਮਹਿਲਾ ਪਹਿਲਾ, ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ। ਇਹ ਜੋ ਪੂਰਾ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਚਾਰ ਕਹਾਣੀਆਂ ਦਾ ਜ਼ਿਕਰ ਹੈ। ਇਹ ਕਹਾਣੀਆਂ ਹਿੰਦੂ ਧਰਮ ਦੇ ਵੱਖ ਵੱਖ ਲਿਟਰੇਚਰ ਦੇ ਵਿੱਚ, ਸਾਹਿਤ ਦੇ ਵਿੱਚ ਦਰਜ ਹਨ। ਇਹਨਾਂ ਪਹਿਲੀਆਂ ਪੰਕਤੀਆਂ ਦੇ ਵਿੱਚ ਬ੍ਰਹਮਾ ਅਤੇ ਸ਼ਿਵ ਦੀ ਇੱਕ ਕਹਾਣੀ ਦਾ ਜ਼ਿਕਰ ਹੈ। ਬ੍ਰਹਮਾ ਨੂੰ ਵੇਦਾਂ ਦਾ ਰਚੇਤਾ ਮੰਨਿਆ ਜਾਂਦਾ ਹੈ ਅਤੇ ਸ੍ਰਿਸ਼ਟੀ ਦਾ ਰਚੇਤਾ ਵੀ ਸਮਝਿਆ ਜਾਂਦਾ ਹੈ। ਸ੍ਰਿਸ਼ਟੀ ਦਾ ਰਚੇਤਾ ਸਮਝੇ ਜਾਣ ਕਰਕੇ ਉਹਨੂੰ ਬਹੁਤ ਆਪਣੇ ਆਪ ਦੇ ਉੱਪਰ ਹੰਕਾਰ ਹੋ ਗਿਆ ਕਿ ਮੈਂ ਸਭ ਤੋਂ ਉੱਚਾ ਹਾਂ, ਕਿ ਮੇਰੇ ਤੋਂ ਉੱਚਾ ਕੋਈ ਨਹੀਂ। ਇਸ ਗੱਲ ਨੂੰ ਦਰਸਾਉਂਦੀ ਹੈ ਪਹਿਲੀ ਪੰਕਤੀ ਕਿ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਕਿ ਬ੍ਰਹਮਾ ਨੇ ਹੰਕਾਰ ਕੀਤਾ ਕਿ ਉਹ ਸਭ ਤੋਂ ਵੱਡਾ ਹੈ, ਇਹ ਨਹੀਂ ਜਾਣਿਆ ਕਿ ਉਸ ਤੋਂ ਉੱਪਰ, ਉਸ ਤੋਂ ਵੱਡਾ ਪਰਮਾਤਮਾ ਮੌਜੂਦ ਹੈ। ਹਿੰਦੂ ਧਾਰਮਿਕ ਪਰੰਪਰਾ ਦੇ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਹੀ ਰੱਬ ਮੰਨਿਆ ਜਾਂਦਾ ਹੈ, ਪਰਮਾਤਮਾ ਮੰਨਿਆ ਜਾਂਦਾ ਹੈ। ਗੁਰੂ ਜੀ ਨੇ ਲਿਖਿਆ ਹੈ ਕਿ ਬ੍ਰਹਮਾ ਤੋਂ ਉੱਪਰ ਵੀ ਪਰਮਾਤਮਾ ਹੈ। ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਕਹਾਣੀ ਕੁਝ ਇਸ ਪ੍ਰਕਾਰ ਹੈ ਕਿ ਸ਼ਿਵ ਨੇ ਬ੍ਰਹਮਾ ਤੋਂ ਉਹਦੇ ਰਚੇ ਹੋਏ ਵੇਦ ਖੋਹ ਲਏ। ਜਦੋਂ ਉਹ ਵੇਦ ਖੋਹੇ ਗਏ ਤਾਂ ਬ੍ਰਹਮਾ ਪਛਤਾਇਆ, ਉਹਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਤੋਂ ਵੱਡਾ ਕੋਈ ਹੈ। ਇੱਥੇ ਸ਼ਿਵ ਨੂੰ ਬ੍ਰਹਮਾ ਤੋਂ ਉੱਪਰ ਦਰਸਾਇਆ ਗਿਆ ਹੈ ਅਤੇ ਉਹਨੂੰ ਪਛਤਾਵਾ ਹੋਇਆ ਕਿ ਮੈਂ ਹੰਕਾਰ ਕਰੀ ਬੈਠਾ ਸੀ ਕਿ ਮੈਂ ਹੀ ਸਭ ਤੋਂ ਵੱਡਾ ਹਾਂ, ਮੈਂ ਇਹ ਗੱਲ ਜਾਣ ਨਹੀਂ ਸਕਿਆ ਕਿ ਮੇਰੇ ਤੋਂ ਵੀ ਵੱਡਾ ਕੋਈ ਹੈ। ਅਤੇ ਫਿਰ ਕਿਹਾ ਜਾਂਦਾ ਹੈ ਕਿ ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਕਿ ਜਦੋਂ ਉਹਨੇ ਪਰਮਾਤਮਾ ਦਾ ਸਿਮਰਨ ਕੀਤਾ ਤਾਂ ਉਹਨੂੰ ਉਹਦੇ ਉਹ ਵੇਦ ਵਾਪਸ ਮਿਲੇ ਅਤੇ ਉਹਦਾ ਮਨ ਸ਼ਾਂਤ ਹੋਇਆ। ਕੋਈ ਵੀ ਕਹਾਣੀ ਜਾਂ ਰਚਨਾ ਜਦੋਂ ਲਿਖੀ ਜਾਂਦੀ ਹੈ ਤਾਂ ਉਹਨੂੰ ਲਿਖਣ ਵੇਲੇ ਜੋ ਲੇਖਕ ਹੁੰਦਾ ਹੈ ਉਹ ਆਪਣੀ ਸਮਝ ਅਨੁਸਾਰ ਕਈ ਪ੍ਰਕਾਰ ਦੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਅਤੇ ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਸਿੱਖਿਆ ਲੁਕੀ ਹੁੰਦੀ ਹੈ। ਤਾਂ ਇਸ ਪੂਰੀ ਕਹਾਣੀ ਦੇ ਵਿੱਚ ਜੋ ਸਿੱਖਿਆ ਹੈ ਉਹ ਹੰਕਾਰ ਦੇ ਬਾਰੇ ਵਿੱਚ ਹੈ ਕਿ ਬ੍ਰਹਮਾ, ਜਿਸਨੂੰ ਕਿ ਦੇਵਤਾ ਮੰਨਿਆ ਜਾਂਦਾ ਹੈ, ਪਰਮਾਤਮਾ ਵੀ ਮੰਨਿਆ ਜਾਂਦਾ ਹੈ, ਉਹਨੇ ਹੰਕਾਰ ਕੀਤਾ ਅਤੇ ਉਹਦਾ ਹੰਕਾਰ ਵੀ ਟੁੱਟਿਆ ਤਾਂ ਅਸੀਂ ਕੀ ਹੁੰਦੇ ਹਾਂ, ਹੰਕਾਰ ਕਰਨ ਵਾਲੇ। ਅੱਗੇ ਚੱਲਦੇ ਹਾਂ। ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਓ, ਕਿ ਹੰਕਾਰ ਦੁਨੀਆਂ ਦੇ ਵਿੱਚ ਐਸਾ ਬੁਰਾ ਵਿਕਾਰ ਹੈ, ਜਿਹਨੂੰ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਹੰਕਾਰ 'ਤੇ ਕਾਬੂ ਪਾਉਣ ਦੇ ਕਾਬਲ ਹੋ ਜਾਂਦਾ ਹੈ, ਆਪਣੇ ਹੰਕਾਰ ਨੂੰ ਦੂਰ ਕਰ ਪਾਉਂਦਾ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਦੂਸਰੀ ਕਹਾਣੀ ਹੈ। ਬਲ ਰਾਜਾ ਮਾਇਆ ਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੁੱਛੇ ਜਾਏ ਪਿਆ। ਇਸ ਕਹਾਣੀ ਦੇ ਵਿੱਚ ਰਾਜੇ ਬਲ ਦਾ ਜ਼ਿਕਰ ਹੈ, ਜਿਸਨੇ ਕਿ ਤਪੱਸਿਆ ਕਰਕੇ ਦੇਵਤੇ ਜਿੱਤ ਲਏ ਅਤੇ ਫਿਰ ਉਹਦੀ ਤ੍ਰਿਸ਼ਨਾ ਵਧੀ ਕਿ ਮੈਂ ਇੰਦਰ ਦੇਵਤੇ ਦੀ ਪਦਵੀ ਹਾਸਲ ਕਰਨੀ ਹੈ। ਅਜਿਹਾ ਕਰਨ ਦੇ ਲਈ ਉਹਨੇ 7100 ਜੱਗ ਸ਼ੁਰੂ ਕੀਤੇ। ਜੇਕਰ ਉਹ ਆਪਣੇ ਸਾਰੇ ਜੱਗ ਨਿਰਵਿਘਨ ਸਮਾਪਤ ਕਰ ਲੈਂਦਾ ਤਾਂ ਉਹਨੂੰ ਇੰਦਰ ਦਾ ਤਖ਼ਤ ਮਿਲ ਜਾਣਾ ਸੀ। ਇਸ ਗੱਲ ਤੋਂ ਜਾਣੂ ਹੋ ਕੇ ਇੰਦਰ ਦੇਵਤੇ ਨੇ ਵਿਸ਼ਨੂੰ ਭਗਵਾਨ ਦੇ ਅੱਗੇ ਅਰਜ਼ੋਈ ਕੀਤੀ ਕਿ ਮੇਰੇ ਤਖ਼ਤ ਨੂੰ ਬਚਾਇਆ ਜਾਵੇ। ਵਿਸ਼ਨੂੰ ਭਗਵਾਨ ਨੇ ਆਪਣੇ ਭਗਤ ਇੰਦਰ ਦੇਵਤੇ ਦੀ ਅਰਜ਼ੋਈ ਨੂੰ ਸੁਣ ਕੇ
एक ब्राह्मण का रूप धार के राजे बल दे कोल पहुंचे, क्योंकि राजे बल नूं अपनी माया का हंकार सी, अपनी दान दक्षिणा करन दी बुद्धि का रुचि का हंकार सी। तां उन्हें ब्राह्मण के रूप में प्रगट होए विष्णु भगवान नूं कहा कि दसो मैं तुहाडी की सेवा कर सकदा हाँ। तां विष्णु भगवान ने ढाई कर्म थां मंगी। इत्थे उस राजे दे गुरु शुक्र ने उसनू वरजिया कि यह एक छल है, तू इस छल दे विच ना पै, अपने गुरु की गल नू अणगौलियां करके उन्हें उस ब्राह्मण रूप दे विच आए विष्णु भगवान नू ढाई कर्म थां देण दी जो दक्षिणा सी देण नू मन लिया। नतीजा की होया कि विष्णु भगवान ने अपनी एक कर्म दे नाल धरती ते दूसरी दे नाल आकाश मिण लिया। हुण जो अद्धी रह गई उहदे वास्ते राजे बल ने अपना शरीर पेश कीता ते अजिहा करन ते विष्णु भगवान ने उहदी छाती ते पैर रख के उहनूं पताल दे विच धक्क दित्ता। पूरी कहानी दे विचों सिख्या की मिलदी है कि उहने गुरु की गल नहीं मन्नी। उहदे गुरु ने उहनूं वरजिया सी कि इह छल है, पर उहने अपने गुरु की गल नूं अणगौलिया कीता। सो बल राजा माया हंकारी, जगन करै बहु भार अफारी। कि राजे बल नू अपनी माया का हंकार सी, वो जगन करता फिरदा सी, जग करता फिरदा सी, इस गल दा उनू अफार होया पिया सी, पर बिन गुर पूछे जाए पया, गुरु तो पूछे बिना, गुरु की गल नू क्योंकि उन्हें नहीं सुनिया ता पताल दे विच जा पे। हरी चंद दान करै जस लेवै, बिन गुर अंत ना पाए अपेवै, आप भुलाए आपे मत देवै। तीजी कहानी राजे हरी चंद दी, जिन्हां नूं कि सत्यावादी राजा भी कहा जाता है, उन्हां दी। इस कहानी दे विच जो राजा हरी चंद सी उन्हें एक योगी दी तपस्या भंग कीती ते बदले दे विच उन्हें अपने गुरु तो सलाह ले बिना ही उस योगी की हर शर्त मनन नू मंजूर कर लिया, ताकि वह पश्चाताप कर सके ते उस शर्त नू पगाउन दे विच उन्हें अपना सारा राज भाग लौटा दिता। अपने आप नू ते अपने परिवार नू मंडी दे विच वेचण दी नौबत भी पैदा हो गई। उन्हूं भी अपने दान करन दी जो विरती सी उहदे ते माण सी। हरी चंद दान करै जस लेवै, वह अपने दान करन दी विरती दे विच इन्ना मस्त सी कि वह यह भी नहीं समझ सकिया कि वह दान दे विच सब कुछ ही लुटाउण जा रहा है। बिन गुर अंत ना पाए अभेवै, उस अभेव परमात्मा का अंत नहीं पाया जा सकता। गुरु तो बिना गत नहीं पैंदी, गुरु तो बिना समझ नहीं पैंदी। आप भुलाए आपे मत देवै, पर जीवां दे वस दी गल भी नहीं है। वह परमात्मा आप ही सानू भुलाउंदा है, भटकाउंदा है, आप ही मत देंदा है। दुरमत हरनाक्ष दुराचारी, प्रभ नारायण गर्भ प्रहारी, प्रहलाद उदारे कृपा धारी। चौथी कहानी हरनाक्ष की है। हरनाक्ष ते प्रहलाद की कहानी यह काफ़ी मशहूर कहानी है, ते मेरा ख्याल है कि तुसी सबना ने सुनी होएगी। हरनाक्ष नूं वर मिलिया होया सी कि ना वो दिने मरेगा, ना रात नूं मरेगा, ना घर के अंदर मरेगा, ना बाहर मरेगा, ना मनुख पासों मरेगा ते ना जानवर पासों मरेगा। ते उनू अपने इस वर दे वरदान ते बहुत ज़्यादा हंकार हो गया। उनू ये लगन लग पिया कि मैं ते मरना ही नहीं, मैं ते अमर हो गया हाँ, तो इस करके मैं ही परमात्मा हो गया। उदा पुत्र जो प्रहलाद सी वह विष्णु का भगत सी, वह विष्णु नू रब समझदा सी। ते हरनाक्ष इस गल ते गुस्से हुंदा सी, क्योंकि हरनाक्ष अपने आप नू रब समझ रहा सी ते वह चाहुंदा सी कि उदा पुत्र उदी पूजा करे, उदा भगत बने। पर उदा पुत्र कहिंदा सी कि भगवान विष्णु हर थां मौजूद है, इसलिए वह हरनाक्ष की नहीं भगवान विष्णु की पूजा करेगा। ते कहा जाता है कि गुस्से दे विच आ के हरनाक्ष ने यह कहा, एक तरह नाल भगवान विष्णु नू चुनौती दित्ती कि जेकर वह हर थां मौजूद है तो प्रहलाद नू बचाउण दे लई आ जावे, ते उन्हें प्रहलाद ते वार कीता। इन्ने विच भगवान विष्णु नरसिंह दा रूप लैके प्रगट हो जाते हैं। नरसिंह जो कि अद्धा शेर अते अद्धा मनुख सी, ते मेरा ख्याल है कि शाम दा वेला सी। उस नरसिंह ने हरनाक्ष नू अपने गोडे ते रखिया, इहदा मतलब कि ना वह धरती ते सी, ना आसमान च सी।
ਘਰ ਦੇ ਦਰਵਾਜ਼ੇ ਦੇ ਵਿੱਚ ਲੈ ਜਾਂਦਾ, ਭਾਵ ਨਾ ਉਹ ਅੰਦਰ ਸੀ ਨਾ ਬਾਹਰ ਸੀ। ਅਤੇ ਹਰਨਾਕਸ਼ ਨੂੰ ਮਾਰਨ ਵਾਲਾ ਕਿਉਂਕਿ ਅੱਧਾ ਜਾਨਵਰ ਅਤੇ ਅੱਧਾ ਇਨਸਾਨ ਸੀ, ਅਤੇ ਨਾ ਇਸ ਲਈ ਨਾ ਹੀ ਉਹ ਪੂਰਾ ਮਨੁੱਖ ਸੀ ਅਤੇ ਨਾ ਹੀ ਪੂਰਾ ਜਾਨਵਰ ਸੀ, ਤਾਂ ਉਹ ਸਾਰੀਆਂ ਜੋ ਵਰਦਾਨ ਦੀਆਂ ਜੋ ਕੰਡੀਸ਼ਨਾਂ ਸੀ, ਸ਼ਰਤਾਂ ਸੀ, ਉਹ ਸੰਪੂਰਨ ਕਰਕੇ ਭਗਵਾਨ ਵਿਸ਼ਨੂੰ ਨੇ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਨੂੰ ਬਚਾ ਲਿਆ। ਅਤੇ ਅਜਿਹਾ ਕਰਕੇ ਹਰਨਾਕਸ਼ ਦਾ ਹੰਕਾਰ ਤੋੜਿਆ। ਦੁਰਮਤ ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਨਾਰਾਇਣ ਪਰਮਾਤਮਾ ਨੇ ਹਰਨਾਕਸ਼ ਦਾ ਗਰਭ ਤੋੜਿਆ, ਪ੍ਰਹਿਲਾਦ ਉਧਾਰੇ ਕਿਰਪਾ ਧਾਰ ਅਤੇ ਆਪਣੀ ਕਿਰਪਾ ਕਰਕੇ ਪ੍ਰਹਿਲਾਦ ਨੂੰ ਬਚਾ ਲਿਆ। ਸੋ ਇਸ ਸ਼ਬਦ ਦੇ ਵਿੱਚ ਚਾਰ ਕਹਾਣੀਆਂ ਦੇ ਰਾਹੀਂ ਗੁਰੂ ਜੀ ਨੇ ਸਾਨੂੰ ਦੋ ਸਿੱਖਿਆਵਾਂ ਦਿੱਤੀਆਂ ਹਨ। ਇੱਕ ਇਹ ਹੈ ਕਿ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਨਾ ਹੈ, ਅਤੇ ਦੂਜੀ ਇਹ ਹੈ ਕਿ ਗੁਰੂ ਦੀ ਗੱਲ ਨੂੰ ਅਣਗੌਲਿਆਂ ਨਹੀਂ ਕਰਨਾ। ਭੁੱਲੋ ਰਾਵਣ ਮੁਗਧ ਅਚੇਤ, ਲੁੱਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇ। ਹੁਣ ਰਾਵਣ ਦੀ ਕਹਾਣੀ ਦੀ ਗੱਲ ਹੈ ਕਿ ਮੂਰਖ ਰਾਵਣ ਬੇਸਮਝੀ 'ਚ ਕੁਰਾਹੇ ਪੈ ਗਿਆ। ਮੁਗਧ ਅਚੇਤ, ਮੁਗਧ ਤੋਂ ਭਾਵ ਮੂਰਖ ਅਤੇ ਅਚੇਤ ਤੋਂ ਭਾਵ ਬੇਸਮਝੀ 'ਚ, ਭੁੱਲੋ ਤੋਂ ਭਾਵ ਕਿ ਕੁਰਾਹੇ ਪੈ ਗਿਆ, ਭਟਕਣਾ ਦੇ ਵਿੱਚ ਪੈ ਗਿਆ। ਨਤੀਜਾ ਕੀ ਹੋਇਆ ਕਿ ਲੁੱਟੀ ਲੰਕਾ ਸੀਸ ਸਮੇਤ, ਉਹਦੀ ਲੰਕਾ ਵੀ ਲੁੱਟੀ ਗਈ ਅਤੇ ਉਹਦਾ ਸਿਰ ਵੀ ਕੱਟਿਆ ਗਿਆ। ਕਿਉਂ? ਗਰਭ ਗਿਆ ਬਿਨ ਸਤਿਗੁਰ ਹੇਤ, ਹੰਕਾਰ ਦੇ ਕਾਰਨ ਅਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਪਏ ਤੋਂ ਬਿਨਾਂ ਉਹਦੇ ਨਾਲ ਇਹ ਹੋਈ। ਸਹਿਸ ਬਾਹੂ ਮਦ ਕੀਟ ਮਹਿ ਖਾਸਾ, ਹਰ ਨਾਖਸ ਲੇ ਨਖੋ ਵਿਦਾਸਾ, ਦੈਤ ਸੰਘਾਰੇ ਬਿਨ ਭਗਤ ਅਭਿਆਸਾ। ਇਸ ਪੰਕਤੀ ਦੇ ਵਿੱਚ ਵੀ ਦੋ ਤਿੰਨ ਹੋਰ ਕਹਾਣੀਆਂ ਦਾ ਜ਼ਿਕਰ ਹੈ ਕਿ ਸਹਿਸ ਬਾਹੂ ਨੂੰ ਪਰਸਰਾਮ ਨੇ ਮਾਰ ਦਿੱਤਾ, ਮਧੂ ਅਤੇ ਕੈਟਵ ਨੂੰ ਵਿਸ਼ਨੂੰ ਨੇ ਮਾਰ ਦਿੱਤਾ, ਮਹਿਖਾਸੁਰ ਨੂੰ ਦੁਰਗਾ ਨੇ ਮਾਰ ਦਿੱਤਾ, ਹਰਨਾਕਸ ਨੂੰ ਨਰਸਿੰਘ ਨੇ ਮਾਰ ਦਿੱਤਾ। ਇਹ ਸਾਰੇ ਦੈਂਤ ਕਿਉਂ ਮਾਰੇ ਗਏ? ਕਿਉਂਕਿ ਇਹ ਪ੍ਰਭੂ ਦੀ ਭਗਤੀ ਤੋਂ ਸੱਖਣੇ ਸਨ। ਦੈਤ ਸੰਘਾਰੇ ਬਿਨ ਭਗਤ ਅਭਿਆਸਾ। ਜਰਾ ਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੇਮ ਵਿਦਾਰੇ, ਦੈਤ ਸੰਘਾਰ ਸੰਤ ਨਿਸਥਾਰੇ। ਜਰਾ ਸੰਧ ਅਤੇ ਕਾਲ ਜਮਨ ਕ੍ਰਿਸ਼ਨ ਜੀ ਹੱਥੋਂ ਮਾਰੇ ਗਏ, ਰਕਤ ਬੀਜ ਦੁਰਗਾ ਹੱਥੋਂ ਮਾਰਿਆ ਗਿਆ, ਕਾਲ ਨੇਮ ਵਿਸ਼ਨੂੰ ਦੇ ਤ੍ਰਿਸ਼ੂਲ ਨਾਲ ਚੀਰਿਆ ਗਿਆ। ਸਾਰੇ ਹੰਕਾਰੀ ਸਨ, ਸਾਰੇ ਹੀ ਮਾਰੇ ਗਏ, ਕੋਈ ਵੀ ਸਦਾ ਟਿਕ ਕੇ ਨਹੀਂ ਰਿਹਾ। ਉਹ ਪਰਮਾਤਮਾ ਦੈਤ ਸੰਘਾਰ ਸੰਤ ਨਿਸਤਾਰੇ, ਦੈਂਤਾਂ ਨੂੰ ਮਾਰ ਕੇ ਸੰਤਾਂ ਦੀ ਰੱਖਿਆ ਕਰਦਾ ਹੈ। ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਤ ਸੰਘਾਰੇ, ਗੁਰਮੁਖ ਸਾਚ ਭਗਤ ਨਿਸਤਾਰੇ। ਇਹ ਸਾਰੀ ਦੀ ਸਾਰੀ ਖੇਡ ਉਸ ਮਾਲਕ ਪਰਮਾਤਮਾ ਦੀ ਬਣਾਈ ਹੋਈ ਹੈ। ਕਈ ਜੀਵਾਂ ਨੂੰ ਉਹ ਅਜਿਹੀ ਸਮਝ ਦਿੰਦਾ ਹੈ, ਸਤਿਗੁਰੂ ਦੇ ਲੜ ਲਾਉਂਦਾ ਹੈ, ਅਤੇ ਉਹ ਸਮਝ ਬਖਸ਼ਦਾ ਹੈ ਕਿ ਉਹ ਜੀਵ ਸਤਿਗੁਰੂ ਦੇ ਲੜ ਲੱਗ ਕੇ ਉਹਦੀ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰਦੇ ਹਨ। ਦੈਂਤਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਫਸਾ ਕੇ ਮਾਰ ਦਿੰਦਾ ਹੈ, ਅਤੇ ਗੁਰੂ ਦੀ ਸ਼ਰਨ ਦੇ ਵਿੱਚ ਪਏ ਹੋਏ ਬੰਦਿਆਂ ਨੂੰ, ਮਨੁੱਖਾਂ ਨੂੰ ਆਪਣੇ ਸਿਮਰਨ ਭਗਤੀ ਦੇ ਵਿੱਚ ਜੋੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਬੁੱਢਾ ਦੁਰਯੋਧਨ ਪਤ ਖੋਈ, ਰਾਮ ਨਾ ਜਾਣਿਆ ਕਰਤਾ ਸੋਈ, ਜਨ ਕੋ ਦੁੱਖ ਪਚੈ ਦੁੱਖ ਹੋਈ। ਦੁਰਯੋਧਨ ਵੀ ਬੜਾ ਹੰਕਾਰੀ ਸੀ। ਆਪਣੇ ਹੰਕਾਰ ਦੇ ਵਿੱਚ ਆ ਕੇ ਜੂਏ ਦੇ ਵਿੱਚ ਧੋਖੇ ਦੇ ਨਾਲ ਉਹਨੇ ਪਾਂਡਵਾਂ ਦੇ ਕੋਲੋਂ ਉਹਨਾਂ ਦਾ ਰਾਜ ਵੀ ਖੋਲਿਆ ਸੀ, ਅਤੇ ਦ੍ਰੌਪਦੀ ਨਾਲ ਵੀ ਦੁਰਵਿਵਹਾਰ ਕੀਤਾ ਸੀ, ਅਤੇ ਅਖੀਰ ਜੋ ਮਹਾਂਭਾਰਤ ਦਾ ਯੁੱਧ ਹੋਇਆ ਉਹਦੇ ਵਿੱਚ ਉਹ ਮਾਰਿਆ ਵੀ ਗਿਆ ਸੀ। ਤਾਂ ਗੁਰੂ ਜੀ ਇਹ ਸਮਝਾਉਣਾ ਚਾਹੁੰਦੇ ਹਨ ਕਿ ਇਸ ਸਭ ਦੇ ਵਿੱਚੋਂ ਉਹਨੇ ਖੱਟਿਆ ਕੀ? ਆਪਣੀ ਇੱਜ਼ਤ ਹੀ ਗਵਾਈ ਹੈ, ਖੱਟਿਆ ਕੁਝ ਵੀ ਨਹੀਂ। ਜਿਸ ਰਾਜ ਭਾਗ ਨੂੰ ਮਾਨਣ ਦੇ ਲਈ ਉਹਨੇ ਯੁੱਧ ਲੜਿਆ, ਉਸੇ ਯੁੱਧ ਦੇ ਵਿੱਚ ਹੀ ਉਹ ਮਾਰਿਆ ਗਿਆ, ਰਾਜ ਭਾਗ ਨੂੰ ਮਾਣ ਹੀ ਨਹੀਂ ਸਕਿਆ, ਦੁੱਖ ਤਕਲੀਫਾਂ ਹੀ ਖੱਟੀਆਂ, ਕਾਹਦੇ ਕਰਕੇ? ਸਿਰਫ ਆਪਣੇ ਇੱਕ ਹੰਕਾਰ ਅਤੇ ਲਾਲਚ ਦੇ ਕਰਕੇ। ਸੋ ਬੁੱਢਾ ਦੁਰਯੋਧਨ ਪਤ ਖੋਈ, ਰਾਮ ਨਾ ਜਾਣਿਆ ਕਰਤਾ ਸੋਈ, ਰਾਮ ਨੂੰ ਚੇਤੇ ਦੇ ਵਿੱਚ ਨਹੀਂ ਰੱਖਿਆ। ਰਾਮ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਾਰ ਆਉਂਦਾ ਹੈ, ਅਤੇ ਇਸਦਾ ਅਰਥ ਹੈ ਜੋ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ। ਇਸ ਪੰਕਤੀ ਦੇ ਵਿੱਚ ਵੀ ਰਾਮ ਤੋਂ ਅਰਥ ਭਗਵਾਨ ਰਾਮ ਨਹੀਂ, ਜਿਸ ਨੂੰ ਕਿ ਹਿੰਦੂ ਧਰਮ ਦੇ ਵਿੱਚ ਪੂਜਿਆ ਜਾਂਦਾ ਹੈ। ਰਾਮ ਸ਼ਬਦ ਤੋਂ ਅਰਥ ਉਹ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ। ਸੋ ਦੁਰਯੋਧਨ ਨੇ ਉਸ ਕਰਤਾਰ ਨੂੰ ਚੇਤੇ ਦੇ ਵਿੱਚ ਨਹੀਂ ਰੱਖਿਆ,
ਇਹ ਗੱਲ ਭੁੱਲ ਗਿਆ ਕਿ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ ਕਿ ਉਹਨੇ ਜੋ ਮੈਨੂੰ ਬਖਸ਼ਿਆ ਹੈ ਮੈਂ ਉਹਦੇ ਵਿੱਚ ਖੁਸ਼ ਰਵਾਂ। ਇਹ ਗੱਲ ਭੁੱਲ ਗਿਆ। ਜਨ ਕੋ ਦੁੱਖ ਪਚੈ ਦੁੱਖ ਹੋਈ, ਉਸ ਪਰਮਾਤਮਾ ਦੇ ਦਾਸਾਂ ਨੂੰ ਦੁੱਖ ਦੇ ਕੇ ਖੁਦ ਵੀ ਦੁੱਖ ਪ੍ਰਾਪਤ ਕੀਤੇ। ਜੋ ਪਾਂਡਵ ਸਨ ਉਹ ਚੰਗੇ ਇਨਸਾਨ ਸਨ ਅਤੇ ਉਹਨਾਂ ਦੇ ਉੱਪਰ ਅਤਿਆਚਾਰ ਕਰਕੇ ਦੁਰਯੋਧਨ ਨੇ ਖੁਦ ਨੂੰ ਵੀ ਦੁੱਖ ਪਹੁੰਚਾਇਆ। ਜਨਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁੱਖ ਪਾਵੈ ਭਰਮ ਭੁਲਾਨਿਆ, ਇੱਕ ਤਿਲ ਭੂਲੇ ਬਹੁਰ ਪਛਤਾਨਿਆ। ਹੁਣ ਇੱਥੇ ਜਨਮੇਜਾ ਰਾਜੇ ਦਾ ਜ਼ਿਕਰ ਹੈ। ਇਹ ਵੀ ਕਾਫੀ ਪ੍ਰਸਿੱਧ ਰਾਜਾ ਸੀ। ਇਸਦੇ ਪਿਤਾ ਨੂੰ ਕਿਸੇ ਸੱਪ ਨੇ ਡੰਗ ਲਿਆ ਤਾਂ ਕ੍ਰੋਧ ਦੇ ਵਿੱਚ ਆ ਕੇ ਜਨਮੇਜਾ ਰਾਜੇ ਨੇ ਅਨੇਕਾਂ ਹੀ ਸੱਪਾਂ ਨੂੰ ਮਰਵਾ ਦਿੱਤਾ। ਸਰਪ ਮੇਧ ਜੱਗ ਕੀਤਾ ਜਿਹਦੇ 'ਚ ਕਿ ਸੱਪਾਂ ਨੂੰ ਮਾਰਿਆ ਗਿਆ ਸੀ। ਇਸੇ ਪ੍ਰਕਾਰ ਦੇ ਹੀ ਇੱਕ ਜੱਗ ਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਆਏ ਹੋਏ ਸਨ ਅਤੇ ਉਸ ਜੱਗ ਦੇ ਵਿੱਚ ਇਸ ਰਾਜੇ ਦੀ ਪਤਨੀ ਕੁਝ ਇਸ ਪ੍ਰਕਾਰ ਦੇ ਕੱਪੜੇ ਪਹਿਨ ਕੇ ਆਈ ਕਿ ਭੋਜਨ ਖਾਣ ਆਏ ਹੋਏ 18 ਬ੍ਰਾਹਮਣ ਉਹਨੂੰ ਵੇਖ ਕੇ ਹੱਸਣ ਲੱਗ ਪਏ। ਫਿਰ ਤੋਂ ਕ੍ਰੋਧ ਦੇ ਵਿੱਚ ਆ ਕੇ ਇਸ ਰਾਜੇ ਨੇ ਉਹਨਾਂ ਬ੍ਰਾਹਮਣਾਂ ਦਾ ਕਤਲ ਕਰਵਾ ਦਿੱਤਾ। ਕਰ ਕਰਾ ਕੇ ਰਾਜੇ ਨੂੰ ਕੋੜ ਹੋ ਗਿਆ ਤਾਂ ਰਾਜੇ ਦਾ ਜੋ ਗੁਰੂ ਸੀ ਉਹਨੇ ਰਾਜੇ ਨੂੰ ਮਹਾਂਭਾਰਤ ਦੀ ਕਥਾ ਸੁਣਨ ਦੇ ਲਈ ਕਿਹਾ। ਉਹ ਕਥਾ ਸੁਣਦਾ ਗਿਆ ਅਤੇ ਉਹਦਾ ਕੋੜ ਹਟਦਾ ਗਿਆ। ਕਥਾ ਦੇ ਵਿੱਚ ਜਦੋਂ ਇਹ ਗੱਲ ਆਈ ਕਿ ਭੀਮ ਨੇ ਜਿਹੜੇ ਹਾਥੀ ਆਕਾਸ਼ ਵੱਲ ਨੂੰ ਸੁੱਟੇ ਉਹ ਵਾਪਸ ਨਹੀਂ ਡਿੱਗੇ ਤਾਂ ਰਾਜਾ ਇਸ ਕਥਾ ਦੇ ਉੱਪਰ ਸ਼ੱਕ ਕਰਨ ਲੱਗ ਗਿਆ ਅਤੇ ਉਹਦਾ ਕੋੜ ਜੋ ਠੀਕ ਹੁੰਦਾ ਪਿਆ ਸੀ ਉੱਥੇ ਹੀ ਠੀਕ ਹੋਣਾ ਬੰਦ ਹੋ ਗਿਆ। ਕਹਾਣੀ ਜੋ ਵੀ ਹੋਵੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਇਸ ਕਹਾਣੀ ਨੂੰ ਸੁਣ ਕੇ ਖਾਸ ਕਰਕੇ ਅੱਜ ਦੇ ਯੁੱਗ ਦੇ ਵਿੱਚ ਇਹਨਾਂ ਗੱਲਾਂ 'ਤੇ ਯਕੀਨ ਕਰਨਾ ਔਖਾ ਹੈ, ਪਰ ਅਸੀਂ ਕਹਾਣੀ ਨਹੀਂ ਕਹਾਣੀ ਦੇ ਪਿੱਛੇ ਦੀ ਸਿੱਖਿਆ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਹੈ। ਉਹ ਸਿੱਖਿਆ ਇਹ ਹੈ ਕਿ ਹੰਕਾਰ ਦੇ ਵਿੱਚ ਨਾ ਆਓ, ਗੁਰੂ ਦੀ ਗੱਲ ਨੂੰ ਮੰਨੋ। ਗੁਰੂ ਨੇ ਰਾਜੇ ਨੂੰ ਮਹਾਂਭਾਰਤ ਦੀ ਕਥਾ ਸੁਣਨ ਦੇ ਲਈ ਕਿਹਾ। ਗੁਰੂ ਦਾ ਹੁਕਮ ਸੀ, ਉਹਨੇ ਗੁਰੂ ਦੇ ਹੁਕਮ 'ਤੇ ਸ਼ੰਕਾ ਕੀਤੀ ਅਤੇ ਉਹਦੀ ਬਿਮਾਰੀ ਠੀਕ ਹੋਣੋਂ ਹਟ ਗਈ। ਇਸੇ ਲਈ ਗੁਰੂ ਜੀ ਨੇ ਲਿਖਿਆ ਹੈ ਕਿ ਜਨਮੇਜੈ ਗੁਰ ਸ਼ਬਦ ਨਾ ਜਾਣਿਆ। ਗੁਰੂ ਦੇ ਸ਼ਬਦ ਨੂੰ ਜਾਣਿਆ ਨਹੀਂ ਉਹਨੇ, ਗੁਰੂ ਉਹਦੇ ਗੁਰੂ ਨੇ ਜੋ ਉਹਨੂੰ ਹੁਕਮ ਦਿੱਤਾ ਸੀ ਉਹਦੇ 'ਤੇ ਸ਼ੱਕ ਕਰ ਬੈਠਾ। ਕਿਉਂ ਸੁੱਖ ਪਾਵੈ ਭਰਮ ਭੁਲਾਨਿਆ, ਅਤੇ ਜਦੋਂ ਹੰਕਾਰ ਅਤੇ ਕ੍ਰੋਧ ਦੇ ਭਰਮਾਂ ਦੇ ਵਿੱਚ ਭੁੱਲਿਆ ਹੋਇਆ ਹੈ ਤਾਂ ਫਿਰ ਸੁੱਖ ਕਿੱਥੋਂ ਪ੍ਰਾਪਤ ਕਰ ਸਕਦਾ ਹੈ। ਇੱਕ ਤਿਲ ਭੁੱਲੇ ਬਹੁਰ ਪਛਤਾਨਿਆ, ਇੱਕ ਪਲ ਭਰ ਦੇ ਲਈ ਉਹਨੇ ਸ਼ੱਕ ਕੀਤਾ ਗੁਰੂ ਦੇ ਹੁਕਮ 'ਤੇ ਅਤੇ ਬੜਾ ਉਹਨੂੰ ਪਛਤਾਵਾ ਝੱਲਣਾ ਪਿਆ ਕਿਉਂਕਿ ਉਹਦੀ ਬਿਮਾਰੀ ਉੱਥੇ ਹੀ ਠੀਕ ਹੋਣੀ ਬੰਦ ਹੋ ਗਈ। ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪੱਤ ਖੋਈ, ਬਿਨ ਜਗਦੀਸ਼ ਨਾ ਰੱਖੈ ਕੋਈ। ਕੰਸ ਕ੍ਰਿਸ਼ਨ ਜੀ ਦਾ ਮਾਮਾ ਸੀ, ਕੇਸੀ ਉਹਦਾ ਪਹਿਲਵਾਨ ਸੀ ਅਤੇ ਚੰਡੂਰ ਵੀ ਕੰਸ ਦੀ ਫੌਜ ਦਾ ਯੋਧਾ ਸੀ। ਕੰਸ ਕੇਸ ਚਾਂਡੂਰ ਨਾ ਕੋਈ, ਉਹ ਤਿੰਨੋਂ ਹੀ ਬੜੇ ਸੂਰਮੇ ਸਨ। ਸੂਰਮਤਾ ਦੇ ਵਿੱਚ ਉਹਨਾਂ ਦੇ ਬਰਾਬਰ ਦਾ ਕੋਈ ਨਹੀਂ ਸੀ, ਪਰ ਉਹਨਾਂ ਨੂੰ ਆਪਣੀ ਤਾਕਤ ਅਤੇ ਆਪਣੀ ਸੂਰਮਤਾ ਦੇ ਉੱਪਰ ਹੰਕਾਰ ਹੋ ਗਿਆ। ਰਾਮ ਨਾ ਚੀਨਿਆ ਆਪਣੀ ਪੱਤ ਖੋਈ, ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਉਣਾ ਭੁੱਲ ਗਏ, ਪਰਮਾਤਮਾ ਦੇ ਨਾਲ ਲਿਵ ਨਹੀਂ ਜੋੜੀ। ਨਤੀਜਾ ਇਹ ਹੋਇਆ ਕਿ ਆਪਣੀ ਇੱਜ਼ਤ ਗਵਾ ਲਈ। ਬਿਨ ਜਗਦੀਸ਼ ਨਾ ਰੱਖੈ ਕੋਈ, ਕਿਉਂਕਿ ਉਸ ਕਰਤਾਰ ਤੋਂ ਬਿਨਾਂ ਕੋਈ ਸਾਡੀ ਰੱਖਿਆ ਨਹੀਂ ਕਰ ਸਕਦਾ। ਬਿਨ ਗੁਰ ਗਰਭ ਨਾ ਮੇਟਿਆ ਜਾਏ, ਪੂਰੇ ਅੰਗ ਦੇ ਉੱਪਰ ਅਸੀਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ, ਹਲਕਾ ਹਲਕਾ ਹਰ ਕਹਾਣੀ ਦਾ ਵਰਣਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਹਨਾਂ ਸਾਰੀਆਂ ਕਹਾਣੀਆਂ ਦਾ ਨਿਚੋੜ ਇਸ ਸ਼ਬਦ ਦੀਆਂ ਇਹਨਾਂ ਆਖਰੀ 3 ਪੰਕਤੀਆਂ ਦੇ ਵਿੱਚ ਹੈ ਕਿ ਬਿਨ ਗੁਰ ਗਰਭ ਨਾ ਮੇਟਿਆ ਜਾਏ, ਗੁਰਮਤਿ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੈ ਗੁਣ ਗਾਏ। ਕਿ ਗੁਰੂ ਤੋਂ ਬਿਨਾਂ ਹੰਕਾਰ ਨੂੰ ਮਿਟਾਇਆ ਨਹੀਂ ਜਾ ਸਕਦਾ। ਤੁਹਾਨੂੰ ਕਾਫੀ ਸਮਾਂ ਹੋ ਗਿਆ ਹੈ ਗੁਰੂ ਦੀ ਬਾਣੀ ਦੇ ਲੜ ਲੱਗਿਆਂ ਨੂੰ। ਅਸੀਂ 225ਵੇਂ ਅੰਗ 'ਤੇ ਪਹੁੰਚ ਚੁੱਕੇ ਹਾਂ। ਤੁਸੀਂ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਫਰਕ ਜ਼ਰੂਰ ਮਹਿਸੂਸ ਕੀਤਾ ਹੋਵੇਗਾ, ਤੁਹਾਨੂੰ ਆਪਣੇ ਆਪ ਦੀ ਸਮਝ ਲੱਗੀ ਹੋਵੇਗੀ, ਤੁਹਾਨੂੰ ਇਸ ਗੱਲ ਦਾ ਪਤਾ ਲੱਗਣ ਲੱਗਿਆ ਹੋਵੇਗਾ ਕਿ ਤੁਸੀਂ ਕਦੋਂ ਹੰਕਾਰ ਕਰਦੇ ਹੋ, ਕਦੋਂ ਤੁਹਾਨੂੰ ਕ੍ਰੋਧ ਆਉਂਦਾ ਹੈ, ਕਦੋਂ ਤੁਸੀਂ ਮੋਹ ਦੇ ਵਿੱਚ ਹੋ, ਕਦੋਂ ਤੁਸੀਂ ਕਾਮ ਦੇ ਵਸ ਵਿੱਚ ਹੋ। ਇਹ ਸਭ ਕੁਝ ਕਿਉਂ ਸੰਭਵ ਹੋ ਸਕਿਆ? ਕਿਉਂਕਿ ਅਸੀਂ ਗੁਰੂ ਦੇ ਲੜ ਲੱਗੇ। ਜਦ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗੇ, ਅਸੀਂ ਇੱਕ ਆਮ ਜ਼ਿੰਦਗੀ ਬਤੀਤ ਕਰ ਰਹੇ ਸੀ,
ਸਾਨੂੰ ਇਹਨਾਂ ਗੱਲਾਂ ਦੇ ਬਾਰੇ 'ਚ ਗਿਆਨ ਨਹੀਂ ਹੁੰਦਾ ਸੀ। ਹੰਕਾਰ ਅਸੀਂ ਉਦੋਂ ਵੀ ਕਰਦੇ ਸੀ, ਗੁੱਸਾ ਵੀ ਕਰਦੇ ਸੀ, ਕਾਮ ਦੇ ਵਸ 'ਚ ਵੀ ਆਉਂਦੇ ਸੀ, ਪਰ ਚੇਤਨਾ ਨਹੀਂ ਸੀ। ਗੁਰੂ ਨੇ ਸਾਨੂੰ ਚੇਤਨਾ ਬਖਸ਼ੀ। ਬਾਣੀ ਦੇ ਲੜ ਲੱਗੇ ਹਾਂ ਤਾਂ ਅੰਦਰ ਸਾਡੇ ਚੇਤਨਾ ਆ ਗਈ ਹੈ। ਹੁਣ ਜੇਕਰ ਵਿਕਾਰਾਂ ਦੇ ਵਸ ਦੇ ਵਿੱਚ ਅਸੀਂ ਹੁੰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਸੋ ਬਿਨ ਗੁਰ ਗਰਭ ਨਾ ਮੇਟਿਆ ਜਾਏ। ਹੰਕਾਰ ਗੁਰੂ ਤੋਂ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ, ਅਤੇ ਸਿਰਫ ਹੰਕਾਰ ਹੀ ਨਹੀਂ, ਕੋਈ ਵੀ ਵਿਕਾਰ ਗੁਰੂ ਤੋਂ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਗੁਰਮਤ ਧਰਮ ਧੀਰਜ ਹਰ ਨਾਏ। ਜਿਹੜਾ ਮਨੁੱਖ ਗੁਰਮਤ 'ਤੇ ਚੱਲਦਾ ਹੈ, ਗੁਰੂ ਦੇ ਲੜ ਲੱਗਦਾ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਦੇ ਨਾਮ ਦੇ ਵਿੱਚੋਂ ਉਹਦੇ ਅੰਦਰ ਧੀਰਜ ਆ ਟਿਕਦਾ ਹੈ, ਅਤੇ ਧੀਰਜ ਸਭ ਤੋਂ ਉੱਤਮ ਧਰਮ ਹੈ। ਨਾਨਕ ਨਾਮ ਮਿਲੈ ਗੁਣ ਗਾਏ। ਇਹ ਨਾਨਕ ਗੁਰੂ ਦੀ ਸਿੱਖਿਆ 'ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਹੀ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 224ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਕਈ ਸਾਰੀਆਂ ਕਹਾਣੀਆਂ ਦਾ ਜ਼ਿਕਰ ਕੀਤਾ ਹੈ, ਅਤੇ ਇਹਨਾਂ ਸਾਰੀਆਂ ਕਹਾਣੀਆਂ ਦੇ ਦੁਆਰਾ ਸਾਨੂੰ ਦੋ ਸਿੱਖਿਆਵਾਂ ਦਿੱਤੀਆਂ ਹਨ, ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਹੈ। ਇੱਕ ਹੈ ਕਿ ਅਸੀਂ ਹੰਕਾਰ ਨੂੰ ਆਪਣੇ ਅੰਦਰੋਂ ਖਤਮ ਕਰੀਏ, ਅਤੇ ਦੂਜੀ ਹੈ ਕਿ ਗੁਰੂ ਦੇ ਲੜ ਲੱਗੀਏ। ਪਰ ਆਖਰੀ ਪੰਕਤੀ ਦੇ ਵਿੱਚ ਗੁਰੂ ਜੀ ਇਹ ਕਹਿਣਾ ਨਹੀਂ ਭੁੱਲਦੇ ਕਿ ਇਹ ਸਾਰੀ ਖੇਡ ਉਸ ਪਰਮਾਤਮਾ ਦੀ ਬਣਾਈ ਹੋਈ ਹੈ, ਜਿਨ੍ਹਾਂ 'ਤੇ ਉਹ ਪਰਮਾਤਮਾ ਮਿਹਰ ਕਰਦਾ ਹੈ। ਉਹ ਗੁਰੂ ਦੇ ਲੜ ਲੱਗ ਕੇ ਆਪਣੇ ਅੰਦਰੋਂ ਹੰਕਾਰ ਨੂੰ ਮਾਰਨ ਦੇ ਵਿੱਚ ਸਫਲ ਹੋ ਜਾਂਦੇ ਹਨ, ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ ਕਿ ਮਾਇਆ ਦੇ ਮੋਹ ਦੇ ਵਿੱਚ ਲੱਗੇ ਰਹਿਣ, ਉਹਨਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਲਾਈ ਰੱਖਦਾ ਹੈ। ਆਪਣੀ ਕਲਾ ਦਾ, ਆਪਣੇ ਵਰਤਾਰੇ ਦਾ ਭੇਤ ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਸੋ ਅੱਜ ਦੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।